Miss Rajni Bala, SI, Punjab, Army Band, Manji Punjab, ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਅੱਜ ਦੇ ਗਣਤੰਤਰ ਦਿਵਸ ਤੇ ਗੁਰਦਾਸਪੁਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਔਰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦੇਣਾ ਤੇ ਜੋ ਸਾਡਾ ਸੰਵਿਧਾਨ ਕਨਸਟੀਟਿਊਸ਼ਨ ਜਿਹੜਾ ਏਟਾ ਮਾਂ ਸਾਡੇ ਮਾਣ ਵਾਲੀ ਗੱਲ ਹੈ ਔਰ ਦੇਸ਼ ਤੇ ਦੁਨੀਆ ਦੇ ਵਿੱਚ ਅਸੀਂ ਸਭ ਤੋਂ ਵੱਡੀ ਡੈਮੋਕਰੇਟ ਜਿਹੜੀ ਹੈ ਡੈਮੋਕਰੇਸੀ ਆ ਉਹ ਸਾਡੇ ਦੇਸ਼ ਦੀ ਆ ਔਰ ਬੜੇ ਫਖਰ ਨਾਲ ਕਿੰਨੇ ਕਿ ਦੁਨੀਆ ਦਾ ਕੋਈ ਡੈਮੋਕਰੇਟਿਕ ਕੰਟਰੀ ਹੈ ਤੇ ਉਹ ਜੇ ਸਭ ਤੋਂ ਵੱਡੀ ਡੈਮੋਕਰੇਸੀ ਦੇ ਹਿੰਦੁਸਤਾਨ ਦੇ ਵਿੱਚ ਅੱਜ ਦੇ ਦਿਨ ਤੇ ਸਾਰਿਆਂ ਨੂੰ ਮੁਬਾਰਕਬਾਦ ਦੇਣਾ 39 ਤੋਂ ਬਾਅਦ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤੇ ਬੜਾ ਸੰਵਿਧਾਨ ਲਾਗੂ ਕੀਤਾ ਡਾਕਟਰ ਅੰਬੇਦਕਰ ਜੀ ਨੇ ਉਹਨਾਂ ਨੂੰ ਸਲਾਮ ਕਰਦੇ ਹਾਂ ਕਿ ਜਿਨ੍ਹਾਂ ਨੇ ਬੜਾ ਵਧੀਆ ਸੰਵਿਧਾਨ ਦੇ ਕੇ ਇਸ ਹਿੰਦੁਸਤਾਨ ਨੂੰ ਇੱਕ ਮੁੱਠ ਇੱਕ ਜੁੱਟਤਾ 'ਚ ਉਹਨਾਂ ਨੇ ਕਾਇਮ ਰੱਖਿਆ ਦੇਖੋ ਅੱਜ ਦੇ ਦਿਨ ਜਿੱਥੇ ਅੱਜ ਆਪਣਾ ਸੰਵਿਧਾਨ ਦਾ ਗਣਤੰਤਰ ਦਿਵਸ ਕਿਹਾ ਜਾ ਸਕਦਾ ਅਤੇ ਜਿਹਨੇ ਅਸੀਂ ਕਸਮ ਖਾਧੀ ਹੈ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਾਂਗੇ ਜਦੋਂ ਕਸਮ ਖਾਈ ਦੇ ਕਿ ਉਹ ਕੰਮ ਕਰਾਂਗੇ ਜਿਹੜੇ ਲੋਕਾਂ ਨੂੰ ਠੀਕ ਲੱਗਣ ਉਹ ਸਰਕਾਰਾਂ ਉਸ ਕੰਮ ਲਈ ਹੁੰਦੀਆਂ ਅਤੇ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਇਹ ਚਾਹੀਦਾ ਜਿਹੜੇ ਲੋਕ ਕਿਸਾਨ ਇੰਨੀ ਤਾਦਾਦ ਦੇ ਵਿੱਚ ਉੱਥੇ ਪਹੁੰਚੇ ਇਕੱਲਾ ਪੰਜਾਬ ਨਹੀਂ ਜੇ ਆਪਾਂ ਪੰਜਾਬ ਕਹਿ ਲਈਏ ਤਾਂ ਫਿਰ ਤਾਂ ਹੋ ਸਕਦਾ ਕਿ ਪੰਜਾਬੀ ਇਕੱਲੇ ਗਏ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਰਾਸ਼ਟਰ 'ਚ ਤੁਸੀਂ ਦੇਖਿਆ ਹੋਣਾ ਕਿ ਨਾਸਿਕ ਤੋਂ ਬੰਬੇ ਤੱਕ ਜਿਹੜਾ ਉਹਨਾਂ ਨੇ ਲਿਆ ਰੂਟ ਅਤੇ ਕਿੰਨੇ ਲੱਖਾਂ ਦੀ ਤਾਦਾਦ 'ਚ ਉੱਥੇ ਵੀ ਕਿਸਾਨ ਆਏ ਹਰ ਸਟੇਟ ਦਾ ਕਿਸਾਨ ਆਇਆ ਇਸ ਜਿੱਦ ਨੂੰ ਛੱਡ ਕੇ ਹਿੰਦੁਸਤਾਨ ਦੇ ਕਿਸਾਨਾਂ ਦੀ ਔਰ ਜਿਹਨੂੰ ਅੰਨਦਾਤਾ ਕਿਹਾ ਗਿਆ ਅਤੇ ਉਹਨਾਂ ਦੀ ਆਪਾਂ ਕਰੀਏ ਜਿਸ ਨੇ ਪੂਰੇ ਦੇਸ਼ ਨੂੰ ਆਤਮ ਨਿਰਭਰ ਕੀਤਾ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਔਰ ਆਪਣੀ ਈਗੋ ਛੱਡ ਦੇਣੀ ਚਾਹੀਦੀ ਆ ਹਉਮੈ ਛੱਡ ਦੇਣੀ ਚਾਹੀਦੀ ਆ ਅਸੀਂ ਲੋਕਾਂ ਲਈ ਬਣੇ ਹਾਂ ਲੋਕਾਂ ਦੀ ਭਲਾਈ ਲਈ ਬਣੇ ਹਾਂ ਅਸੀਂ ਈਗੋ ਜਾਂ ਆਪਣੀ ਹੋਮੇ ਰੱਖਣ ਲਈ ਨਹੀਂ ਬਣੀ ਕਿਉਂਕਿ ਬੜੀ ਬਦਕਿਸਮਤ ਦੀ ਗੱਲ ਆ ਕਿ ਜਿਸ ਵੇਲੇ ਕੋਈ ਜਾਂਦਾ ਉੱਥੇ ਜਿਹੜੀ ਜਨ ਸੰਸਦ ਬੁਲਾਈ ਗਈ ਸੀ ਉੱਥੇ ਗਏ ਉੱਥੇ ਜਿਹੜੀਆਂ ਫੋਟੋ ਜੋ ਵਾਇਰਲ ਹੋਈਆਂ ਨੇ ਉਹ ਆਮ ਆਦਮੀ ਪਾਰਟੀ ਦਾ ਤਰਨ ਤਾਰਨ ਦਾ ਕੋਈ ਜੰਗ ਵੀਰ ਸਿੰਘ ਪਤਾ ਨਹੀਂ ਕੀ ਨਾਮ ਆ ਉਸ ਬੰਦੇ ਦੀ ਵਾਇਰਲ ਹੋਈ ਆ ਇਹ ਉਹਦੀ ਆਮ ਆਦਮੀ ਪਾਰਟੀ ਦੀ ਇਸ ਜਿਹੜੀ ਐਜੂਟੇਸ਼ਨ ਆ ਉਹਨੂੰ ਖਰਾਬ ਕਰਨ ਲਈ ਉਹਦੇ 'ਚ ਵਿਘਨ ਪਾਉਣ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ।